ਚਲੋ ਵੀ ਗਾਈਜ਼ ਵਿਖਾਓ ਆਪਣੇ ਗਿਫਟ ਕਿਹੜਾ ਤੁਹਾਡਾ ਗਿਫਟ ਐਡਾ ਤੁਹਾਨੂੰ ਮਿਲਿਆ ਕੁਛ ਨਹੀਂ ਮਿਲਿਆ ਮਿਲਿਆ ਇਹਨਾਂ ਨੂੰ ਇੱਕ ਦੋ ਭੈੜੇ ਮੋਟੇ ਗਿਫਟ ਚਲੋ ਗਿਫਟ ਗਿਫਟ ਹੀ ਹੁੰਦਾ ਛੋਟੇ ਮੋਟੇ ਦਿੱਤੇ ਨੇ ਆਪਾਂ ਪਿਆਰ ਦੇ ਨਾਲ ਘੱਟ ਕੀਮਤ 'ਚ ਆਪਾਂ ਗਿਫਟ ਲਿਆਉਂਦੇ ਨੇ ਸੋ ਵਿਖਾਓ ਓਪਨ ਕਰੋ ਗਿਫਟ ਗਿਫਟ ਨਾ ਕਰੋ ਐਕਟਿੰਗ ਆਦੀ ਚੱਲੋ ਕਿੱਥੇ ਸ਼ਹਿਰ ਕਾਦੇ ਦੀ ਕੁਛ ਲਿਆਉਣਾ ਤੁਹਾਡਾ ਤੇ ਯਾਰ ਰੋਜ਼ ਦਾ ਕੰਮ ਹੈ ਸਾਰਾ ਦਿਨ ਸਾਰੀਆਂ ਬੀਬੀਆਂ ਦੇ ਹੀ ਹਾਲ ਨੇ ਚਲੋ ਜੀ ਅੱਜ ਕੁਛ ਲਿਆਉਣਾ ਅਗਲੇ ਦਿਨ ਫਿਰ ਚਲੋ ਜੀ ਅੱਜ ਕੁਛ ਲਿਆਉਣਾ ਤੁਹਾਡੇ ਤੁਹਾਡਾ ਤੇ ਨਹੀਂ ਰੱਜ ਬਣਦਾ ਹਨਾ 6 ਮਹੀਨੇ ਹੋ ਗਏ ਨੇ ਮੈਨੂੰ ਕਹਿੰਦੇ ਆ ਨਾ ਕੀ ਕਹਿੰਦੇ ਨੇ ਤੇ ਅੱਜ ਤੇ ਮੈਂ ਲੈਣੀ ਕੀ ਲੈਣੀ ਕੁਛ ਹੈ ਵੀ ਚਲੋ ਸ਼ਹਿਰ ਬੋਲ ਕੇ ਦੱਸੋ ਐਵੇਂ ਕੀ ਗੱਲ ਹੋਈ ਸ਼ਹਿਰ ਪਤਾ ਲੱਗੇਗਾ ਚਲ ਤੈਨੂੰ ਵੇਖੋ ਆ ਕਿਵੇਂ ਬੈਠਾ ਕੋਲਾ ਕੋਲੇ ਕੀ ਹੋਇਆ ਕੋਲੇ ਨੂੰ ਸੁਸਤੀ ਚੜੀ ਏ ਲੱਗਦਾ ਇਹਦਾ ਕੋਈ ਫਾਂਡਾ ਫੁੰਡਾ ਲਵਾਉਣ ਦਾ ਮਾਨ ਹੈ ਤੈਨੂੰ ਵੇਖੋ ਗਦੇ ਨੂੰ ਇਹ ਪਤਾ ਨਹੀਂ ਕੀ ਸ਼ਰਾਰਤ ਕੀ ਕਰਨਾ ਪਿਆ ਫਤਿਹ ਕੋਈ ਨਾ ਕੋਈ ਉਲਟੇ ਕੰਮ ਕਰਦਾ ਸੀ ਕੀ ਹੋਇਆ ਅੱਜ ਕਟਾਪਾ ਲੱਥਾ ਲੱਗਦਾ ਮਾਂ ਕੋਲੋਂ ਨਹੀਂ ਲੱਥਾ ਨਹੀਂ ਹੈਗਾ ਸਕੂਲੋਂ ਦੇ ਲੱਥਾ ਸੁਸਤੀ ਪਾਈ ਪਈ ਐ ਇਹਨੇ ਬਿਨਾ ਮਤਲਬ ਸੁਸਤੀ ਪਾਈ ਪਈ ਤੇ ਉੰਜ ਸੁਸਤੀ ਕਿਵੇਂ ਲਾਈਏ ਦੀ ਫਿਰ ਚਲੋ ਵਿਖਾਓ ਚਲੋ ਗਿਫਟ ਓਪਨਿੰਗ ਕਰਨੇ ਆ ਮੇਰੀ ਗੱਲ ਸੁਣੋ ਜਿਹੜਾ ਮੈਂ ਆਪਣੀ ਪਸੰਦ ਦਾ ਗਿਫਟ ਲੈਣਾ ਸੀ ਉਹ ਮੈਨੂੰ ਹਲ ਤੱਕ ਨਹੀਂ ਮਿਲਿਆ ਉਹ ਮੈਨੂੰ ਦਵਾ ਕੇ ਲਿਆਓ ਆਪਣੀ ਪਸੰਦ ਦਾ ਕੀ ਪਤਾ ਬੀਬੀਆਂ ਦਾ ਕੱਲ ਨੂੰ 9 ਲੱਖ ਆ ਗਿਆ ਇਹ ਵੀ 9 ਲੱਖ ਆ ਗਿਆ ਐਡਾ ਕਿਹੜਾ ਗਿਫਟ ਚਾਹੀਦਾ ਸਾਡੇ ਕੋਲ ਐਡਾ ਹਾਂਜੀ ਕਿਹਨੂੰ ਗਿਫਟ ਚਾਹੀਦਾ ਮੰਮਾ ਨੂੰ ਪਤਾ ਕਿਹੜਾ ਗਿਫਟ ਹੈ ਕਿਹੜਾ ਫ੍ਰਿਜ ਕਿਹੜੀ ਫ੍ਰਿਜ ਫ੍ਰਿਜ ਨਵੀਂ ਫ੍ਰਿਜ ਹੈ ਨਵੀਂ ਫ੍ਰਿਜ ਉਹ ਚਲਾ ਲੋ ਕੰਮ ਚੱਲਦਾ ਵਾ ਕੀ ਲੋੜ ਹੈ ਪੈਸੇ 6 ਮਹੀਨੇ ਹੋ ਗਏ ਨੇ ਮੈਨੂੰ ਚਲਾਉਂਦੇ ਆ 6 ਮਹੀਨੇ 6 ਵਾਟਰ ਸੇ ਉਹ ਪਾਣੀ ਨਹੀਂ ਜਾਂਦਾ ਸਕਿਮ ਵਿੱਚ ਬਣੀ ਹੈ ਪਾਣੀ ਨਹੀਂ ਜਾਂਦਾ ਤੇ ਹੁਣ ਗਰਮੀਆਂ ਤੇ ਲੰਘੀਆਂ ਹੁਣ ਸਿਆਲ ਆ ਗਏ ਹੁਣ ਪਾਣੀ ਤੇ ਕੀ ਜਮਾਤ ਕਰਨਾ ਆਪਾਂ ਮੇਰੀ ਗੱਲ ਸੁਣੋ ਫਤਿਹ ਚੁੱਪ ਇੱਕ ਮਿੰਟ ਬੇਟਾ ਯਾਰ ਹੁਣ ਮੇਰੀ ਗੱਲ ਸੁਣ ਸਿਆ ਗਰਮੀਆਂ ਲੰਘ ਗਈਆਂ ਸਿਆਲ ਆ ਕਹਿੰਦੇ ਫਿਰ ਇਹਦਾ ਕੰਮ ਕੀ ਹੋਣਾ ਬਹੁਤ ਕੰਮ ਹੈ ਸਾਨੂੰ ਪਤਾ ਹੈ ਨਾ ਕੱਲ ਬਰਥਡੇ ਸੀ ਉਹ ਮੈਰੀਨੇਟ ਕਰ ਕਰਕੇ ਸਮਾਨ ਸਾਰਾ ਬਾਹਰ ਰੱਖਣਾ ਪਿਆ ਸਾਨੂੰ ਫ੍ਰਿਜ ਦੇ ਵਿੱਚ ਜਗ੍ਹਾ ਹੀ ਨਹੀਂ ਸੀ ਰੱਖੀਏ ਕਿੱਥੇ ਉਹ ਬਾਹਰ ਆਈ ਜਾਂਦਾ ਸਾ ਡਿੱਗੀਆਂ ਨੇ ਪਾਪਾ ਜੀ ਮੇਰਾ ਕੇਕ ਨਹੀਂ ਤੇ ਬਣਾਉਣਾ ਹੈ ਦੋ ਫ੍ਰਿਜ ਸੀ ਪਹਿਲਾਂ ਇੱਕੋ ਕਿਸੇ ਨੂੰ ਦੇ ਦਿੱਤੀ ਉਹ ਪਤਾ ਨਹੀਂ ਉਹ ਵੀ ਚੱਜ ਨਾਲ ਨਹੀਂ ਸੀ ਹੋਣ ਜਾਂ ਇਹਨਾਂ ਨੂੰ ਕਹਿੰਦੇ ਵੱਡੀ ਜੇ ਫ੍ਰਿਜ ਐਵੇਂ ਜਿਹੜੀ ਕਮਰੇ ਜਿੱਡੀ ਹੋਵੇ ਇਹ ਪੂਰੀ ਕਮਰੇ ਜਿੱਡੀ ਹੋਵੇ ਤੇ ਜਿੱਦੇ ਜਾਪ ਵੀ ਆਪਾਂ ਗਰਮੀਆਂ 'ਚ ਏਸੀ ਦੀ ਲੋੜ ਨਹੀਂ ਤੇ ਜਾਪ ਵੀ ਸੋ ਜੀ ਨਾ ਨਾ ਵੱਡੀ ਫ੍ਰਿਜ ਲੈ ਕੇ ਆਣੀ ਹੈ ਆਪਣੇ ਕਮਰੇ 'ਚ ਰੱਖ ਪਹਿਲਾਂ ਲੈ ਕੇ ਆਣੀ ਹੈ ਫਿਰ ਆਪਾਂ ਲਿਆ ਕੇ ਤੇ ਫਿਰ ਆਪਾਂ ਬੈਠ ਕੇ ਆਪਣੇ ਜਿਹੜੇ ਤੁਸੀਂ ਮੈਨੂੰ ਇੱਕ ਦੋ ਪਾਪਾ ਜੀ ਉਹ ਤੇ ਮੈਨੂੰ ਤੇ ਮੇਨ ਦੀ ਜਿਹੜੀ ਮੇਰੀ ਫ੍ਰਿਜ ਹੋ ਹੁਣ ਤੇ ਤੁਹਾਨੂੰ ਰੀਜ਼ਨ ਦੱਸਣਾ ਵਾ ਇੱਕ ਰੀਜ਼ਨ ਨੇ ਮੇਰੇ ਦਾਦੇ ਵੱਡਿਆਂ ਨਾਲ ਹੈ ਮੇਰੇ ਵੱਡਿਆਂ ਨਾਲ ਹੈ ਦੀਦੇ ਵੱਡਿਆਂ ਨਾਲ ਹੈ ਦਾਦੂ ਦਾ ਵੱਡੇ ਸਾਰਿਆਂ ਦੇ ਵੱਡੇ ਬੇਟਾ ਆਂਦਾ ਹੀ ਇਹ ਸਾਲ ਚ ਇੱਕ ਵਾਰੀ ਇਹਦੇ ਬੜੇ ਚਾਰੋਂ ਦਾ ਵੱਡੇ ਆ ਲੱਗੇ ਤੇ ਕੇਕ ਕਿੱਥੋਂ ਦਾ ਸਰਦੀਆਂ ਨੂੰ ਤੇ ਸਾਰੀ ਦੁਕਾਨ ਬੰਦ ਹੋਣੀ ਆ ਰੋਜ਼ ਅੱਛਾ ਠੰਡੀ ਅੱਛਾ ਫੇਰ ਐਕਸਕਿਊਜ਼ ਲੈ ਲੈ ਦੇ ਕੇਕ ਬੇਟਾ ਕੇਕ ਕਾਤੋਂ ਸਰਦੀ ਕਾਤੋਂ ਫੁੱਦ ਕਰਨਾ ਬੰਦ ਆਪਾਂ ਨਾ ਮੇਰੀ ਗੱਲ ਸੁਣ ਆਪਾਂ ਚੱਲਨੇ ਆ ਜਿਆਦਾ ਟਾਈਮ ਨਹੀਂ ਆਪਾਂ ਯਾਰ ਮੈਂ ਕਿਹਨਾਂ ਗੱਲ ਰੈਂਟ ਟਲ ਜਾਂਦੇ ਆ ਮੰਮੀ ਚੱਲੋ ਚਲੋ ਦਾਦੀ ਚੱਲ ਦੇਣਾ ਚੱਲ ਸੀ ਫੋਟੋ ਬੇਟਾ ਤੂੰ ਆਪਣਾ ਮੰਨਦੇ ਕਿਉਂ ਆਹੋ ਅਸੀਂ ਆਪੀ ਸਾਸ ਨੂੰ ਨਹੀਂ ਹੋਣੇ ਯਾਰ ਮੈਂ ਕਿਹਨਾਂ ਟਲ ਜਾਓ ਸਿਆਲਾਂ ਅਗਲੀਆਂ ਗਰਮੀਆਂ ਚ ਲੈ ਆਵਾਂਗੇ ਦਾਦੀ ਨੂੰ ਰੀਜ਼ਨ ਦੱਸਣਾ ਪਾਪਾ ਨੇ ਪੂਰੀ ਤਰ੍ਹਾਂ ਅਗਲੀਆਂ ਗਰਮੀਆਂ ਚ ਨਹੀਂ ਮੈਂ ਫਰੈਂਡਸ ਮੇਰੀ ਗੱਲ ਸੁਣੋ ਇਹਨਾਂ ਨੇ ਨਾ ਸਾਰੀਆਂ ਗਰਮੀਆਂ ਲਗਾ ਦਿੱਤੀਆਂ ਨੇ ਮਾਰਚ ਚ ਲੱਗ ਜਾਏਗਾ ਨੋ ਪ੍ਰੋਬਲਮ ਅਪ੍ਰੈਲ ਚ ਲਾਵਾਂਗੇ ਗਾਇਜ਼ ਫਤਿਹ ਨੂੰ ਇਹਦਾ ਜਿਹੜਾ ਜਦੋਂ ਕਿੰਡਰਗਾਰਟਨ ਦਾ ਜਿਹੜਾ ਇਹਦੇ ਇਗਜ਼ਾਮ ਜਦੋਂ ਹੋਏ ਸੀਗੇ ਫਾਈਨਲ ਕੇਜੀ ਦਾ ਤੇ ਉਹ ਸਾਰਾ ਕੁਝ ਇਹਨੂੰ ਮਿਲਿਆ ਇਹਨੇ ਜੋ ਇਗਜ਼ਾਮ 'ਚ ਜੋ ਇਹਦੇ ਮਾਰਕਸ ਆਏ ਆ ਸਾਰਾ ਉਹ ਵਿਖਾਵਾਂਗੇ ਤੁਹਾਨੂੰ ਆਪਾਂ ਨੈਕਸਟ ਇਹਦੇ ਵਲੌਗ 'ਚ ਵਿਖਾ ਦਈਏ ਇਸ 'ਚ ਤੇ ਗਿਫਟ ਦਿਖਾਣੇ ਨੇ ਜਾਂ ਅਗਲੀ ਜਿੱਦ ਚਲੋ ਨੈਕਸਟ ਦੇਖ ਲਾਂਗੇ ਕੋਈ ਪਤਾ ਨੈਕਸਟ ਵਲੌਗ 'ਚ ਵਿਖਾਵਾਂਗਾ ਜੀ ਥੋੜੀ ਝਲਕ ਤੇ ਵਿਖਾ ਦਈਏ ਕਿ ਇਹਨੇ ਲਕੋਈ ਇਹ ਸਾਨੂੰ ਵੀ ਨਹੀਂ ਵਿਖਾਈ ਕਹਿੰਦਾ ਮੈਂ ਤਾਂ ਉਦੋਂ ਖਾਂਗਾ ਜਦੋਂ ਤੁਸੀਂ ਵੀਡੀਓ ਬਣਾਓਗੇ ਥੋੜੀ ਝਲਕ ਤੇ ਫਿਰ ਵਿਖਾਵਾਂਗੇ ਆਪਾਂ ਫਤਿਹ ਨੇ ਕੀ ਕੀਤਾ ਸੀ ਉਦੋਂ 2020 ਦੇ ਵਿੱਚ ਤੋਂ 2020 'ਚ ਲੋਕਡਾਊਨ ਹੋ ਗਿਆ ਸੀ 2019 ਦੇ 19 ਸੀਗਾ ਤੇ 20 ਦਾ ਮਤਲਬ ਕਿ ਮਾਰਚ 'ਚ ਇਹਨਾਂ ਦੇ ਐਗਜ਼ਾਮ ਫਰਵਰੀ 'ਚ ਹੋ ਗਏ ਸਨ ਇਹਦੇ ਜੋ ਗ੍ਰੇਡ ਆਈ ਜੋ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਵਿਖਾਵਾਂਗੇ ਨੈਕਸਟ ਵਲੌਗ ਵਿੱਚ ਹੁਣ ਆਪਾਂ ਰੈਡੀ ਹੋ ਲਈਏ ਫਿਰ ਆਪਾਂ ਚੱਲਦੇ ਹਾਂ ਫ੍ਰਿਜ ਲੈਣ ਤੇ ਫਿਰ ਤੁਹਾਡੇ ਨਾਲ ਹੀ ਕਰਾਂਗੇ ਆਪਾਂ ਸ਼ਾਪਿੰਗ ਤੁਸੀਂ ਦੱਸਿਓ ਕਿਹੜੀ ਫ੍ਰਿਜ ਲੈਣੀ ਚੱਲ ਮਿਲਦੇ ਆਪਾਂ ਤੁਹਾਨੂੰ ਮੈਂ ਤੇ ਦੋ
ਫਰੀਜ਼ਰ ਵਾਲੀ ਲੈਣੀ ਹੈ ਔਰ ਉਹਦੇ ਇੱਕ ਦਰਵਾਜ਼ੇ ਤੇ ਸਾਈਡ ਤੇ ਬਰਫ ਵਾਲਾ ਹੋਵੇ ਇੱਕ ਠੀਕ ਹੈ ਓਕੇ ਇੱਕ ਦਰਵਾਜ਼ਾ ਪਾਣੀ ਵਾਲਾ ਹੋਵੇ ਚਲੋ ਠੀਕ ਹੈ ਚਲੋ ਵੀ ਮੈਂ ਹੋ ਜਾ ਰੈਡੀ ਫਿਰ ਸੋ ਗਾਇਜ਼ ਹੁਣ ਅਸੀਂ ਰੇੜੀ ਰੂੜੀ ਹੋ ਕੇ ਤੇ ਚੱਲ ਪਏ ਆ ਫਰਿੱਜ ਲੈਣ ਲਈ ਅੱਜ ਇੰਨਾ ਜਿਹੜਾ ਲਾਮਾ ਬੜੇ ਟਾਈਮ ਤੋਂ 6 ਮਹੀਨਿਆਂ ਤੋਂ ਮੈਂ ਬੜਾ ਟਰਕਾਇਆ ਇਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਵੀ ਟਲ ਜਾਣ ਪਰ ਤੁਹਾਨੂੰ ਪਤਾ ਬੀਬੀਆਂ ਟਲਦੀਆਂ ਕੋਈ ਨਹੀਂ ਜਿਹੜੀ ਜਿੱਤੇ ਅੜ ਗਈਆਂ ਬਸ ਉੱਥੇ ਅੜੀਆਂ ਰਹਿੰਦੀਆਂ ਨੇ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਹੈ ਉਹ ਨਾ ਮਿਲੇ ਹੋਰ ਭਾਵੇਂ ਜੋ ਮਰਜ਼ੀ ਦੇ ਦਿਓ ਪਰ ਉਹ ਚੀਜ਼ ਇਹਨਾਂ ਨੇ ਲੈਣੀ ਹੀ ਲੈਣੀ ਹੈ ਐਨੀ ਹਾਓ ਜੋ ਮਰਜ਼ੀ ਕਰਨਾ ਪਏ ਸੋ ਹੁਣ ਅਸੀਂ ਫਰਿੱਜ ਲੈਣ ਲਈ ਅਸੀਂ ਕੁਰਸ਼ੇਤਰ ਨਹੀਂ ਜਾ ਰਹੇ ਅਸੀਂ ਜਾ ਰਹੇ ਹਾਂ ਬਰਾੜੇ ਉੱਥੇ ਸਾਡੇ ਨੌਨ ਨੇ ਉਹਨਾਂ ਦਾ ਉੱਥੇ ਇਲੈਕਟ੍ਰੋਨਿਕਸ ਦਾ ਕੰਮ ਹੈ ਸੋ ਉਹ ਹੋਲਸੇਲ 'ਚ ਉਹਨਾਂ ਦਾ ਕੰਮ ਹੈ ਉਹ ਜਿਹੜੇ ਇਹਨੇ ਡਿਸਟ੍ਰੀਬਿਊਟਰ ਨੇ ਉਹ ਸੋ ਜਿੰਨੇ ਵੀ ਆ ਡੀਲਰ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਉਹੀ ਸਾਡੇ ਕੁਰਸ਼ੇਤਰਾ ਸ਼ਾਹਬਾਦ ਅੰਬਾਲਾ 'ਚ ਉਹੀ ਡਿਸਟ੍ਰੀਬਿਊਟ ਕਰਦੇ ਨੇ ਸਾਰਾ ਐਲ ਜੀ ਦੇ ਪ੍ਰੋਡਕਟਸ ਨੇ ਉਹਨਾਂ ਕੋਲ ਅਸੀਂ ਪਹਿਲਾਂ ਵੀ ਉਹਨਾਂ ਕੋਲ ਹੀ ਲਿਆਉਂਦੇ ਹੁੰਦੇ ਹਾਂ ਅਤੇ ਸਾਨੂੰ ਉਹਨਾਂ ਕੋਲ ਉਹ ਹੋਲਸੇਲ ਰੇਟ 'ਤੇ ਮਿਲੇਗਾ ਨਾਲੇ ਡਿਸਕਾਊਂਟ ਵੀ ਮਿਲੇਗਾ ਸੋ ਹੁਣ ਬਰਾੜੇ ਜਾਂਦੇ ਹਾਂ ਆਪਾਂ ਫਿਰ ਤੁਹਾਨੂੰ ਉੱਥੇ ਵਿਖਾਵਾਂਗੇ ਉਹਨਾਂ ਦਾ ਸ਼ੋਰੂਮ ਵੀ ਅਤੇ ਵੇਖਾਂਗੇ ਆਪਾਂ ਕਿਹੜੀ ਫਰਿੱਜ ਲੈਣੀ ਹੈ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ ਫਿਰ ਆਪਾਂ ਜਲਦੀ ਗਾਈਜ਼ ਆਪਾਂ ਆ ਚੁੱਕੇ ਹਾਂ ਬਰਾੜੇ ਰਾਜਾ ਇਲੈਕਟ੍ਰੋਨਿਕਸ ਭਾਜੀ ਹਰੀ ਆਪਣੇ ਨੌਨ ਨੇ ਬੜਾ ਵਧੀਆ ਇਹਨਾਂ ਦਾ ਆਪਣਾ ਪਿਆਰ ਹੈ ਸੰਬੰਧ ਅਤੇ ਇਹਨਾਂ ਦਾ ਸ਼ੋਰੂਮ ਬਹੁਤ ਵੱਡਾ ਹੈ ਐਵਰੀਥਿੰਗ ਐਲ ਜੀ ਦੇ ਮੇਨ ਡਿਸਟ੍ਰੀਬਿਊਟਰ ਨੇ ਸਾਡੀ ਫਰਿੱਜ ਕਿਹੜੀ ਅਸੀਂ ਫਾਈਨ ਦਾ ਪਤਾ ਕਰੀ ਦਿੱਤਾ ਅਜੇ ਵੇਖਨੇ ਆ ਹਾਂ ਸਾਡੀ ਫਾਈਨ ਆਪਾਂ ਹੈ ਅਜੇ 471 ਸੈਂਟੀਲੀਟਰ ਦੀ ਹੈ ਨਾ ਵਾਲੀ ਸਿਲੈਕਟ ਕੀਤੀ ਹੈ ਤੇ ਇੱਕ ਆ 471 ਲੀਟਰ ਹੈ ਇਹਦੇ 'ਚ ਤੇ ਇਹਦੇ ਦੋਵਾਂ 'ਚ ਹੁਣ ਗਰਾਲੀਏ ਵੀ ਕਿਹੜੀ ਲੈਣੀ ਆ ਇਹ ਮੇਰੇ ਹਿਸਾਬ ਨਾਲ ਤੇ ਕਿਹਦਾ ਫੇ ਕਿਉਂਕਿ ਇਹਨਾਂ ਦਾ ਸੇਮ ਹੈ ਸਾਰਾ ਕੁਝ ਬਟ ਥੋੜ੍ਹਾ ਜਿਹਾ ਜਿਹੜੀ ਲੀਟਰ ਦੀ ਕਪੈਸਿਟੀ ਜ਼ਿਆਦਾ ਉਹਦੀ 471 ਉਹਦੀ 437 ਇਹਨਾਂ ਦਾ ਫਰਕ ਹੈ ਪਤੇ ਕਿੰਨਾ ਹੈ ਵਾਲੀ ਲੈਣੀ ਆਪਾਂ ਪਰ ਇਹਨਾਂ ਕੀ ਹੈ ਇਹਨਾਂ 'ਚ ਬਸ ਸਿਰਫ ਸਾਡੀ ਰਸੋਈ ਜਗ੍ਹਾ ਨਹੀਂ ਹੈ ਇਹਦੇ ਨਹੀਂ ਉੰਝ ਵੀ ਇਹ ਥੋੜ੍ਹੀ ਇੱਕ ਤੇ ਚੋੜੀ ਜ਼ਿਆਦਾ ਵਾ ਪਰ ਇਹਦੇ 'ਚ ਨਾ ਸਪੇਸ ਉਹਨਾਂ ਨਾਲੋਂ ਘੱਟ ਹੈ ਆ ਛੋਟੀ ਛੋਟੀਆਂ ਟਰੇਆਂ ਸਿਰਫ ਇਹਦੀ ਸ਼ੋਅ ਹੁੰਦੀ ਹੈ ਹੋਰ ਕੁਛ ਨਹੀਂ ਸ਼ੋਅ ਜ਼ਿਆਦਾ ਵਾ ਪਤਾ ਸਾਈਡ ਤੇ ਉਹ ਬੇਟਾ ਦੇਖਣ ਦੇ ਪਤਾ ਇਹ ਡੋਰ ਇਹਦੇ ਕੋਈ ਸਪੇਸ ਨਹੀਂ ਹੈ ਐਵੇਂ ਨਹੀਂ ਜਾਂ ਛੋਟੇ ਛੋਟੇ ਸ਼ੈਲਫ ਨੇ ਇਹਨਾਂ ਦੇ ਠੀਕ ਆ ਇੱਥੇ ਸਪੇਸ ਬਹੁਤ ਘੱਟ ਹੈ ਇਹਨਾਂ 'ਚ ਸਪੇਸ ਹੈ ਜ਼ਿਆਦਾ ਇਹਦੇ ਅੰਦਰ ਰੱਖਦੇ ਹਾਂ ਸਿਆਲ ਆਉਂਦੇ ਨੇ ਹਨਾ ਫਿਰ ਆਪਾਂ ਨੂੰ ਬਰਫ਼ ਦੀ ਲੋੜ ਨਹੀਂ ਹੁੰਦੀ ਫਿਰ ਆਪਾਂ ਇਹਨੂੰ ਕਨਵਰਟ ਕਰ ਸਕਦੇ ਹਾਂ ਨੋਰਮਲ ਫਰਿੱਜਰ 'ਚ ਐਵੇਂ ਕਨਵਰਟ ਹੋ ਜਾਂਦਾ ਇੱਥੋਂ ਥੱਲੇ ਸੈਟਿੰਗ ਹੀ ਉੱਥੋਂ ਜਾ ਕੇ ਕਨਵਰਟ ਕਰਨਾ ਇਹਨੂੰ ਨੋਰਮਲ ਫਰਿੱਜਰ ਇਹਨੂੰ ਫਿਰ ਜਦੋਂ ਗਰਮੀ ਆਉਣਗੀ ਆਪਾਂ ਫਿਰ ਇਹਨੂੰ ਕਨਵਰਟ ਕਰ ਦੇਵਾਂਗੇ ਫਿਰ ਫਰੀਜ਼ਰ 'ਚ ਜਿਹਦੇ ਨੋਰਮਲ ਚਾਰਜੇਗਾ ਆਈਸ ਬੋਕਸ ਦੀ ਲੋੜ ਨਹੀਂ ਆਈਸ ਬੋਕਸ ਸੋ ਗਾਈਜ਼ ਫਾਈਨਲੀ ਅਸੀਂ ਆਹੀ ਫਰਿੱਜ ਨੂੰ ਕਰ ਲਿਆ ਫਾਈਨਲ ਭਾਜੀ ਨੇ ਵੀ ਸਾਨੂੰ ਇਹੀ ਕਿਹਾ ਸੀਗਾ ਸੁਜੈਸ਼ਨ ਉਹਨਾਂ ਦਾ ਜੀ ਕਹਿੰਦਾ ਵੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਸਪੇਸ ਵੀ ਇਹਨਾਂ ਕੋਲ 437 ਬੜਾ ਹੁੰਦਾ ਬੜੀ ਵਧੀਆ ਫਰਿੱਜ ਹੈ ਕਹਿੰਦੇ ਨੇ ਆਹੀ ਲਓ ਤੁਸੀਂ ਅਤੇ ਉਹਨਾਂ ਦੇ ਕਹਿਣ 'ਤੇ ਅਸੀਂ ਇਹ ਡਿਸਾਈਡ ਕੀਤਾ ਅਸੀਂ ਲਵਾਂਗੇ ਹੁਣ ਫਾਈਨਲ ਹੁਣ ਆਪਾਂ ਕਰਾਉਂਦੇ ਹਾਂ ਇਹਨੂੰ ਪੇਮੈਂਟ ਦਿੰਦੇ ਹਾਂ ਅਤੇ ਚਲੋ ਹੁਣ ਤੁਸੀਂ ਪੁਰਾਣੀ ਨੂੰ ਨਾ ਦੇਖੋ ਆਪਾਂ ਨਵੀਂ ਲੈ ਲਈ ਹੁਣ ਬਸ ਫਾਈਨਲ ਹਾਂ ਫਾਈਨਲ ਬਸ ਆਓ ਚਲੋ ਸੋ ਗਾਈਜ਼ ਹੁਣ ਆਪਣੀ ਫਰਿੱਜ ਫਾਈਨਲ ਹੋ ਗਈ ਹੈ ਅਤੇ ਇਹਨਾਂ ਨੇ ਪ੍ਰੈਸ ਵੀ ਲੈ ਲਈ ਇੱਕ ਹਲੇ ਹੋਰ ਕੁਛ ਵੀ ਲੈਣਾ ਆਪਾਂ ਲੈਣਾ ਏਸੀ ਵੀ ਥੋੜ੍ਹੇ ਦਿਨਾਂ ਨੂੰ ਫਿਰ ਮੈਂ ਦੁਬਾਰਾ ਆਵਾਂਗਾ ਭਾਜੀ ਕੋਲ ਅਤੇ ਸਾਡੇ ਭਾਜੀ ਨੇ ਰਾਜਾ ਭਾਜੀ ਰਾਜਾ ਇਲੈਕਟ੍ਰੋਨਿਕਸ ਬਰਾੜਾ 'ਚ ਇਹਨਾਂ ਦਾ ਤੁਸੀਂ ਸ਼ੋਰੂਮ ਵੇਖੋ ਇਹਨਾਂ ਕੋਲ ਹੋਲਸੇਲ ਵਾਲਾ ਸਿਸਟਮ ਹੈ ਤਕੜਾ ਸਿਸਟਮ ਹੈ ਸਾਰੇ ਮਤਲਬ ਜਿਹੜੇ ਡੀਲਰ ਨੇ ਇਹਨਾਂ ਕੋਲ ਲੈ ਕੇ ਜਾਂਦੇ ਨੇ ਸਾਰੇ ਸਮਾਨ ਅਤੇ ਆਪਣੇ ਰਿਸ਼ਤੇਦਾਰ ਨੇ ਭਾਜੀ ਇਹਨਾਂ ਦਾ ਪਿਆਰ ਆਪਣਾ ਬਹੁਤ ਜ਼ਿਆਦਾ ਅਤੇ ਬੜਾ ਚੰਗਾ ਲੱਗਾ ਭਾਜੀ ਨੂੰ ਮਿਲੇ ਆਪਾਂ ਕਿਉਂਕਿ ਵਾਹਵਾ ਦਿਨ ਬਾਅਦ ਪਹਿਲਾਂ ਵੀ ਸਮਾਨ ਲੈ ਗਏ ਸੀ ਹੁਣ ਕਾਫੀ ਦਿਨ ਬਾਅਦ ਆਏ ਹਾਂ ਅਤੇ ਬਸ ਸਾਡੇ ਲਈ ਅਲਟੀਮੇਟ ਫੀਲਿੰਗ ਹੈ ਹਰ ਇੱਕ ਚੀਜ਼ ਦੀ ਅਤੇ ਜੇ ਕਿਸੇ ਨੇ ਆਪਣੇ ਨੇੜੇ ਤੇੜੇ ਜਿਹੜਾ ਵੀ ਏਰੀਆ ਤੁਹਾਡਾ ਜਦੋਂ ਕੋਈ ਵੀ ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਲੈਣਾ ਹੋਵੇ ਐਲ ਜੀ ਦਾ ਮੇਨ ਇਹਨਾਂ ਦਾ ਭਾਜੀ ਦਾ ਐਲ ਜੀ ਦਾ ਬਾਕੀ ਇਹਨਾਂ ਨੇ ਸਾਰੇ ਵੀ ਰੱਖਣੇ ਨੇ ਬ੍ਰਾਂਡ ਹੁਣ ਇਹਦੇ ਨਾਲ ਇਹਨਾਂ ਦਾ ਸ਼ੋਰੂਮ ਚੱਲ ਰਿਹਾ ਤਿਆਰ ਹੋ ਰਿਹਾ ਸੋ ਜਿੰਨੇ ਵੀ ਕਦੀ ਵੀ ਲੈਣਾ ਹੋਵੇ ਭਾਜੀ ਕੋਲ ਆ ਕੇ ਅਤੇ ਤੁਸੀਂ ਵੀ ਆਪਣੀ ਸਮਾਨ ਲੈ ਸਕਦੇ ਹੋ ਬਹੁਤ ਵਧੀਆ ਰੇਟ ਨੇ ਅਤੇ ਸਮਾਨ ਤਾਂ ਤੁਹਾਨੂੰ ਪਤਾ ਹੀ ਆ ਬਈ ਅਲਟੀਮੇਟ ਬ੍ਰਾਂਡ ਚੀਜ਼ਾਂ ਨੇ ਉਹ ਕੋਈ ਦੂਜਾ ਕੰਮ ਤਾਂ ਹੈ ਨਹੀਂ ਸੋ ਥੈਂਕ ਯੂ ਸੋ ਮਚ ਭਾਜੀ ਧੰਨਵਾਦ ਆਪਾਂ ਫਿਰ ਜਲਦੀ ਮਿਲਦੇ ਹਾਂ ਦੋ ਚਾਰ ਦਿਨਾਂ ਨੂੰ ਠੀਕ ਹੈ ਜੀ ਗਾਈਜ਼ ਆਪਾਂ ਆ ਗਏ ਹਾਂ ਹੁਣ ਘਰ ਅਤੇ ਫਰਿੱਜ ਸਾਡੀ ਥੋੜ੍ਹੀ ਦੇਰ ਤੱਕ ਪਹੁੰਚ ਜਾਏਗੀ ਫਿਰ ਉਹਨੂੰ ਖੋਲ੍ਹਾਂਗੇ ਮਜ਼ਾ ਆਏਗਾ ਫਿਰ ਨਵੀਂ ਚੀਜ਼ ਦਾ ਬੜੀ ਖੁਸ਼ੀ ਹੁੰਦੀ ਹੈ ਨਾ ਸਾਰਿਆਂ ਨੂੰ ਸੋ
ਭੁੱਖੀਆਂ ਸੰਗਤਾਂ ਨੂੰ ਵੇਖੋ ਪਿੱਛੇ ਪੈਰੀਆਂ ਟੁੱਟ ਕੇ ਭੁੱਖੀਆਂ ਸੰਗਤਾਂ ਭੁੱਖ ਲੱਗ ਗਈ ਮੈਨੂੰ ਭੁੱਖ ਲੱਗ ਗਈ ਸੀ ਅੱਜ ਇਹਨਾਂ ਨੂੰ ਕੋਈ ਚੀਜ਼ ਨਹੀਂ ਖਵਾਈ ਸਿੱਧਾ ਉੱਥੋਂ ਘਰੇ ਹੀ ਪਾਣੀ ਤੱਕ ਨਹੀਂ ਪਿਆ ਰਾਜਾ ਭਾਜੀ ਰਾਣੀ ਫੀਜ਼ ਵਗੈਰਾ ਪਿਆਈ ਸੀ ਅਤੇ ਉਹੀ ਸੀ ਹੋਰ ਕੁਛ ਨਹੀਂ ਇਹਨਾਂ ਨੂੰ ਖਵਾਇਆ ਪਿਆ ਆਈਸਕ੍ਰੀਮ ਮੰਗਦੇ ਹਨ ਬਾਰ ਬਾਰ ਫਤਿਹ ਸੀਰਤ ਬਟ ਇਹਨਾਂ ਨੂੰ ਉਹ ਵੀ ਨਹੀਂ ਖਵਾਈ ਫਤਿਹ ਮੰਗਦਾ ਸੀ ਬਾਰ ਬਾਰ ਅਤੇ ਗਾਈਜ਼ ਆ ਵੇਖੋ ਸਾਡੇ ਘਰ ਦੀ ਬਣਾਈ ਮਠਿਆਈ ਖੁਰਮੇ ਜਿਹੜੇ ਸਾਡੀ ਮੰਮਾ ਨੇ ਬਣਾਏ ਨੇ ਬਹੁਤ ਜ਼ਬਰਦਸਤ ਨਜ਼ਾਰਾ ਆ ਗਿਆ ਖਾ ਕੇ ਵਿਆਹ 'ਚ ਜਿਹੜੀ ਚੀਜ਼ਾਂ ਬਣਦੀਆਂ ਨੇ ਨਾ ਮਠਿਆਈ ਉਹਦੇ ਤੋਂ ਵੀ ਘੈਂਟ ਟੇਸਟ ਅਲਟੀਮੇਟ ਬਹੁਤ ਜਬਰਦਸਤ ਨੇ ਕਿੱਦਾਂ ਟੇਸਟੀ ਸੀ ਇਹਨਾਂ ਦਾ ਮਟਰ ਬੋਰਡ ਨੂੰ ਵਾਧੂ ਨੂੰ ਜਿੰਨੀ ਮਰਜ਼ੀ ਖਾਓ ਤੇ ਜੇ ਆੜੇ ਖੁਰਮੇ ਇਹਨਾਂ ਦਾ ਵੀ ਬਹੁਤ ਘੈਂਟ ਟੇਸਟ ਹੈ ਘੈਂਟ ਘੈਂਟ ਡਿਸ਼ ਸਵਾਦੀ ਸਵਾਦੀ ਡਿਸ਼ ਖਾਣੀਆਂ ਨੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਕੁਕਿੰਗ ਚੈਨਲ ਤੇ ਕੁਕਿੰਗ ਵਿਦ ਗੁਰਸੀਰਤ ਚੀਮਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਘੈਂਟ ਘੈਂਟ ਡਿਸ਼ਾਂ ਕਰੋ ਟਰਾਈ ਮਠਿਆਈ ਵਾਲੀ ਬੜੀ ਈਜ਼ੀ ਰੈਸਪੀ ਹੈ ਅਭੀ ਤੇ ਮਟਰ ਵਾਲੀ ਵੀ ਬਹੁਤ ਟੇਸਟੀ ਹੈ ਸੋ ਚਾਹ ਪੀ ਲਈਏ ਤੇ ਹੁਣ ਫਿਰ ਸਾਡੀ ਫ੍ਰਿਜ ਜਾਣ ਵਾਲੀ ਹੈ ਡੈਡੀ ਲੈਣ ਦੀ ਫ੍ਰਿਜ ਕੋਈ ਨਹੀਂ ਖੋਲਦਾ ਮੈਂ ਆਉਣ ਵਾਲੇ ਨੇ ਸੋ ਗਈ ਚਾਹ ਪੀ ਲਈਏ ਫਿਰ ਜਦੋਂ ਫ੍ਰਿਜ ਆਏਗੀ ਫਿਰ ਅਨਬੋਕਸਿੰਗ ਕਰਾਂਗੇ ਉਹਦੀ ਸੋ ਨਜ਼ਕ ਛਕੀ ਆਪਾਂ ਮਾਲ ਮੈਨੂੰ ਭੁੱਖ ਲੱਗ ਗਈ ਚਾਹ ਪੀ ਲਈਏ ਲੇਟ ਕਾਫੀ ਹੋ ਗਿਆ ਬਟ ਫਿਰ ਵੀ ਚਾਹ ਪੀਣ ਨੂੰ ਦਿਲ ਕਰ ਰਿਹਾ ਜੀ ਲੋ ਜੀ ਗਾਈਜ਼ ਫਾਈਨਲੀ ਸਾਡੀ ਫ੍ਰਿਜ ਪਹੁੰਚ ਚੁੱਕੀ ਏ ਘਰ ਨਵੀਂ ਫ੍ਰਿਜ ਦੀ ਬੜੀ ਖੁਸ਼ੀ ਏ ਨਵੀਂ ਚੀਜ਼ ਦੀ ਖੁਸ਼ੀ ਹੁੰਦੀ ਦਾਦੂ ਕਰਨਗੇ ਓਪਨਿੰਗ ਫ੍ਰਿਜ ਦੀ ਅਨਬੋਕਸਿੰਗ ਕਰਦੀ ਏ ਉਂਝ ਟਾਈਟ ਹੋਈ ਨਾ ਥੋੜੀ ਇਹਨਾਂ ਦਾ ਜਿਹੜਾ ਵੇਟਿੰਗ ਵਾਲਾ ਗਿਫਟ ਸੀ ਇਹਨਾਂ ਦਾ ਉਹ ਵੀ ਇਹਨਾਂ ਨੂੰ ਮਿਲ ਚੁੱਕਿਆ ਹੁਣ ਹੈਪੀ ਨੇ ਸਾਰੇ ਮੰਮੀ ਵੀ ਮਨਿੰਦਰ ਵੀ ਪੂਰਾ ਪਲਾਨ ਬਣਾਇਆ ਸੀ ਇਹਨਾਂ ਨੂੰ ਸੱਸ ਨੇ ਤੇ ਆਪਣਾ ਸਕਸੈਸਫੁਲ ਰਹੀ ਚਲੋ ਗਾਈਜ਼ ਸਾਡਾ ਫ੍ਰਿਜ ਦੱਸੋ ਕਿਵੇਂ ਦਾ ਲੱਗਿਆ ਲਾਲ ਰੰਗ ਦਾ ਕਿ ਚਿੱਟੇ ਰੰਗ ਦਾ ਬੱਚੇ ਖੁਸ਼ ਹੋ ਗਏ ਨੇ ਤੇ ਆਹ ਵੇਖੋ ਇੱਧਰ ਇਹਨਾਂ ਨੇ ਇਹਦੇ ਬਾਕਸ ਦੇ ਵਿੱਚ ਵੜ ਗਏ ਅੱਗੇ ਦੋਵੇਂ ਭੈਣ ਭਰਾ ਵੜ ਗਏ ਨਾ ਬੈਠੇ ਸਨ ਇਹਦੇ ਵਿੱਚ ਅੰਦਰ ਉਹਨੇ ਆਪਣੀਆਂ ਡੋਲ ਡਾਲ ਵੀ ਰੱਖੀਆਂ ਨੇ ਪਾਣੀ ਦੀ ਬੋਤਲ ਵੀ ਰੱਖੀ ਹੈ ਹੋਰ ਕੀ ਰੱਖਿਆ ਖਾਣ ਵਾਸਤੇ ਕੋਈ ਖਾਣ ਵਾਸਤੇ ਮਠਾਈ ਰੱਖੀ ਮਟਰ ਰੱਖੇ ਨੇ ਤੇ ਸਾਡੇ ਦੋ ਟੌਇਜ਼ ਵੀ ਰੱਖੇ ਨੇ ਤੇ ਟੌਰਚ ਵੀ ਲਾਈਏ ਤੇ ਅਸੀਂ ਆਪਣਾ ਜੁਗਾੜ ਬਣਾਇਆ ਟੌਰਚ ਦਾ ਅਸੀਂ ਰਾਤੀ ਸਟੇ ਕਰਾਂਗੇ ਥੋੜਾ ਜਿਹਾ ਰਾਤੀ ਸਟੇ ਕਰਾਂਗੇ ਥੋੜਾ ਜਿਹਾ ਖੋਲ ਕੇ ਨਾ ਉਹ ਕਾਰਡਬੋਰਡ ਨੂੰ ਤੇ ਉਹਦੇ ਉੱਤੇ ਟੌਰਚ ਰੱਖ ਦਿੰਦੇ ਅੱਛਾ ਅੱਛਾ ਵਿੱਚ ਵੇਖੋ ਟੌਰਚ ਵੀ ਰੱਖੀ ਇਹਨਾਂ ਨੇ ਉਹਦੇ ਕਾਰਡਬੋਰਡ ਦਾ ਇੱਕ ਪੀਸ ਖੋਲ ਕੇ ਤੇ ਅਸੀਂ ਇਹਨੂੰ ਅੰਦਰ ਹੁਣ ਕਮਰੇ 'ਚ ਰੱਖਾਂਗੇ ਜਦੋਂ ਅਸੀਂ ਰਾਤੀ ਸੋਵਾਂਗੇ ਤੇ ਕਾਰਡ ਚੈਨਲ ਉਹ ਚੈਨਲ ਜੀ ਉਹਦਾ ਚੈਲੰਜ ਕਰੀਏ ਕਿ ਨਾ ਕਰੀਏ ਫਿਰ ਕੱਲ ਨੂੰ ਬਣਾ ਦਾਂਗੇ ਇਹਨਾਂ ਦਾ ਹਾਂ ਸੈਟਰਡੇ ਸੰਡੇ ਹੁਣ ਸਾਡੇ ਕੋਲ ਦੋ ਦਿਨ ਨੇ ਤੇ ਦੋ ਦਿਨ ਚ ਅਸੀਂ ਦੋ ਤਿੰਨ ਵਲੌਗ ਬਣਾਉਣੇ ਨੇ ਦੋ ਦਿਨ ਦੇ ਵਿੱਚ ਸੋ ਗਾਈਜ਼ ਕਮੈਂਟ ਕਰਕੇ ਦੱਸਿਓ ਲਿਵਿੰਗ ਇਨ ਕਾਰਡਬੋਰਡ ਫੋਰ 24 ਆਵਰਸ ਇਹ ਵਾਲਾ ਚੈਲੰਜ ਜੇ ਕਰਨਾ ਤੇ ਕਰੋ ਕਮੈਂਟ ਫਟਾਫਟ ਦੱਬ ਕੇ ਫਿਰ ਆਪਾਂ ਬਣਾਵਾਂਗੇ ਗਾਈਜ਼ ਸੋ ਗਾਈਜ਼ ਹੁਣ ਬਰਥਡੇ ਗਿਫਟ ਜਿਹੜੇ ਸੀਗੇ ਉਹ ਅਨਬੋਕਸਿੰਗ ਦਾ ਟਾਈਮ ਹੈ ਇੱਕ ਦੋ ਹੀ ਨੇ ਆਪਣੇ ਤੇ ਕੋਈ ਜ਼ਿਆਦਾ ਖਾਸ ਨਹੀਂ ਹੈ ਪਰ ਫਿਰ ਵੀ ਚਲੋ ਵਿਖਾਵਾਂਗੇ ਤੁਹਾਨੂੰ ਕਿਹਾ ਅਸੀਂ ਵਿਖਾਉਂਦੇ ਹਾਂ ਸਭ ਤੋਂ ਵੱਡਾ ਗਿਫਟ ਤੁਸੀਂ ਵੇਖ ਹੀ ਲਿਆ ਫਰਿੱਜ ਅਤੇ ਚੰਗਾ ਰਗੜਾ ਲੱਗਿਆ ਅੱਜ ਮੈਨੂੰ ਇਹ ਮੈਨੂੰ ਕੁਛ ਨਾ ਕੁਛ ਰੋਜ਼ ਕਹਿੰਦੀ ਰਹਿੰਦੀਆਂ ਨੇ ਕਦੀ ਗੈਸ ਸਟੋਵ ਲੈਣਾ ਕਦੀ ਕੁਛ ਲੈਣਾ ਕਦੀ ਕੁਛ ਲੈਣਾ ਹੁਣ ਵਲੋਗ ਵਲਾਗ ਦੇ ਥੋੜ੍ਹੇ ਵੀਡੀਓ ਦੇ ਚੱਕਰ ਜੇ ਕਰਨਾ ਪੈ ਰਿਹਾ ਮੈਨੂੰ ਸਾਰਾ ਕੁਛ ਅਤੇ ਮੇਰੇ ਚੰਗੇ ਪੈਸੇ ਖਰਚਵਾ ਰਹੇ ਨੇ ਦੱਬ ਕੇ ਆਉਣ ਬਾਬਾ ਅਸੀਂ ਪਹਿਲਾਂ ਗੈਸ ਸਟੋਵ ਮੰਗਵਾਇਆ ਸੀ ਨਵਾਂ ਸਾਡਾ ਚੁੱਲ੍ਹਾ ਆਇਆ ਅਤੇ ਫਿਰ ਉਸ ਤੋਂ ਬਾਅਦ ਅਸੀਂ ਬਾਰਬੀਕਿਊ ਬਣਵਾਇਆ ਇਹਨਾਂ ਦੇ ਕੋਲ ਫਿਰ ਹੁਣ ਅੱਜ ਫ੍ਰਿਜ ਵੀ ਆ ਗਈ
ਸੋ ਗਾਈਜ਼ ਤੁਸੀਂ ਮਾੜੀ ਮੋਟੀ ਸਪੋਰਟ ਕਰੋ ਤੇ ਚੈਨਲ ਵਧੀਆ ਸਬਸਕ੍ਰਾਈਬ ਕਰਦੇ ਨੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਵੀਡੀਓ ਵਧੀਆ ਚੱਲਣ ਮੇਰੇ ਤੇ ਚੋਖੇ ਪੈਸੇ ਲੱਗ ਚੱਲੇ ਨੇ ਤੁਹਾਡੇ ਮਮਾ ਸਭ ਤੋਂ ਪਹਿਲਾਂ ਕੀ ਇਨਬਾਕਸ ਕਰੋਗੇ ਮਤਲਬ ਕੀ ਕਿਹੜਾ ਗਿਫਟ ਓਪਨ ਕਰੋਗੇ ਮੈਂ ਸੂਟਾਂ ਤੋਂ ਸ਼ੁਰੂ ਕਰਨੀ ਹੈ ਹਨਾ ਕਰੋ ਕਰੋ ਜੀ ਵਿਖਾਓ ਕੀ ਕੀ ਆਇਆ ਇਹ ਸੂਟ ਤੇ ਮੈਨੂੰ ਭੇਜਿਆ ਇੰਡੀਅਨ ਔਰਾ ਵਾਲਿਆਂ ਨੇ ਮੋਹਾਲੀ ਤੋਂ ਨੇ ਉਹ ਤੇ ਉਹਨਾਂ ਨੇ ਬੜੀ ਸੋਹਣੀ ਐਮਬਰੋਇਡਰੀ ਕਰਕੇ ਭੇਜਿਆ ਬਹੁਤ ਸੋਹਣਾ ਸੂਟ ਬਣਾਇਆ ਉਹਨਾਂ ਨੇ ਮੇਰਾ ਮੰਮਾ ਦੀਆਂ ਲੱਗ ਗਈਆਂ ਨੇ ਮੌਜਾਂ ਬਰਥਡੇ ਸਪੈਸ਼ਲ ਫਿਰ ਸਾਰਿਆਂ ਨੇ ਗਿਫਟ ਵੀ ਭੇਜੇ ਨੇ ਤੇ ਇਹ ਸੂਟ ਗੁਰਕਿਰਪਾ ਬੁਟੀਕ ਵਾਲਿਆਂ ਨੇ ਭੇਜੇ ਨੇ ਆ ਦੋਨੋਂ ਸੂਟ ਉਹਨਾਂ ਨੇ ਗੁਰਕਿਰਪਾ ਬੁਟੀਕ ਥੈਂਕ ਯੂ ਸੋ ਮਚ ਤੁਹਾਡਾ ਸੋਹਣੇ ਸੂਟ ਨੇ ਪਹਿਲਾ ਸੂਟ ਕਿੰਨਾ ਦਾ ਸੀ ਸਾਰਾ ਲੱਗ ਗਿਆ ਜਿੱਤੇ ਵਾਕੀ ਬੜਾ ਸੋਹਣਾ ਰੋਇਲ ਬਲੂ ਕਲਰ ਤੇ ਰੈਡ ਹਨਾ ਹੁਣੇ ਜੁਐਲਰੀ ਇਹ ਜੁਐਲਰੀ ਸੈਂਡ ਕੀਤੀ ਹੈ ਜੁਐਲਰੀ ਬਾਏ ਇਬਸ ਵਾਲਿਆਂ ਨੇ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਜੁਐਲਰੀ ਬਾਏ ਇਬਸ IBS ਥੈਂਕ ਯੂ ਸੋ ਮਚ ਤੁਹਾਡਾ ਵੀ ਜੁਐਲਰੀ ਬਾਏ ਇਬਸ ਤੁਸੀਂ ਵੀ ਸੋਹਣੇ ਸੋਹਣੇ ਗਿਫਟ ਭੇਜੇ ਆ ਬਰਥਡੇ ਵਾਲੇ ਉਹਨਾਂ ਦੀ ਜੁਐਲਰੀ ਇੰਨੀ ਘੈਂਟ ਲੱਗਦੀ ਹੈ ਨਾ ਮੈਨੂੰ ਯੂਨਿਕ ਜੀ ਜੁਐਲਰੀ ਹੈ ਬਹੁਤ ਹੀ ਪਿਆਰੀ ਘੈਂਟ ਡਿਫਰੈਂਟ ਚੀਜ਼ ਹੈ ਬਹੁਤ ਸੋਹਣੀ ਵੇਖੋ ਤੁਸੀਂ ਹਾਂ ਸੀਰ ਤੇ ਜ਼ਿਆਦਾਤਰ ਉਹਨਾਂ ਦੀ ਜੁਐਲਰੀ ਵੇਅਰ ਕਰਦੀ ਹੈ ਉਹ ਜਦੋਂ ਇਹਨਾਂ ਦੀ ਜੁਐਲਰੀ ਆਉਂਦੀ ਹੈ ਤੇ ਫਿਰ ਉਹਦੇ ਵਿੱਚ ਨਾ ਕੈਪਸ਼ਨ ਵਿੱਚ ਹੁੰਦਾ ਇਹਨਾਂ ਦਾ ਲਿੰਕ ਵੀ ਤੁਸੀਂ ਇਹਨਾਂ ਨੂੰ ਫੋਲੋ ਕਰਕੇ ਆਪਣੇ ਆਰਡਰ ਸੋਹਣੇ ਸੋਹਣੇ ਜਵੈਲਰੀ ਮੰਗਾ ਸਕਦੇ ਹੋ ਆਪਣੀ ਕਿਉਂਕਿ ਅੱਗੇ ਹੁਣ ਵਿਆਹਾਂ ਦਾ ਸੀਜ਼ਨ ਹੈ ਤੇ ਸਾਰੀਆਂ ਮਾਤਾਵਾਂ ਭੈਣਾਂ ਨੂੰ ਸਭ ਨੂੰ ਲੋੜ ਹੋਏਗੀ ਜਵੈਲਰੀਆਂ ਦੀ ਹੁਣ ਸੀਜ਼ਨ ਹੈ ਮੈਰਿਜਸ ਦਾ ਤੇ ਲੈ ਸਕਦੇ ਹੋ ਉਹਨਾਂ ਦੇ ਕੋਲੋਂ ਤੁਸੀਂ ਕਿਸੇ ਨੇ ਵੀ ਜ਼ਿਆਦਾ ਆਪਣੇ ਘਰਦਿਆਂ ਦਾ ਖਰਚਾ ਨਹੀਂ ਕਰਾਉਣਾ ਸੋ ਐਵੇਂ ਦੀ ਜਵੈਲਰੀ ਮੰਗਾ ਕੇ ਨਾਲੇ ਸੋਹਣੀ ਲੱਗਦੀ ਨਾਲੇ ਸੇਫ ਹੈ ਤੁਹਾਡੀ ਖੋ ਕੇ ਵੀ ਲੈ ਜਾਏਗਾ ਕੋਈ ਤੇ ਐਵੇਂ ਦੀ ਜਵੈਲਰੀਆਂ ਲਿਆ ਕੇ ਆ ਦੇਖੋ ਮੈਂ ਸੂਟ ਦਾ ਮੈਚ ਵੀ ਕਰ ਗਈਆਂ ਆ ਵੀ ਉਹਨਾਂ ਨੇ ਭੇਜੀਆਂ ਨੇ ਕਿੰਨੀਆਂ ਹੈਵੀ ਨੇ ਦੇਖੋ ਮੰਮਾ ਜੀ ਸੋਰੀ ਦੇ ਨਾਲ ਆ ਸੈਟ ਤੇ ਰੋਇਲ ਬਲੂ ਇਹਦੇ ਨਾਲ ਵੀ ਹੈ ਯੈਲੋ ਮੈਚ ਕਰ ਰਿਹਾ ਤੇ ਰੈਡ ਨਾਲ ਆ ਮੈਚ ਕਰ ਗਈ ਜਵੈਲਰੀ ਇਹ ਨੋਰਾ ਵਾਲੀ ਸੂਟ ਨਾਲ ਹੀ ਮੈਚ ਕਰ ਗਿਆ ਸਭ ਨਾਲ ਕਰ ਜੇਗੀ ਥੈਂਕ ਯੂ ਜਵੈਲਰੀ ਬਾਏ IBS ਮੈਨੂੰ ਇਹਨਾਂ ਦਾ ਨਾਮ ਦਾ ਪਹਿਲਾਂ ਭੁਲੇਖਾ ਲੱਗ ਸੀ ਉਹ ਕਹਿੰਦੇ ਹਾਂ ਚਲੋ ਇਬਸ ਹੀ ਕਹਿ ਸਕਦਾ ਉਹਨਾਂ ਨੇ ਜਿਵੇਂ ਨਾਮ ਰੱਖਿਆ ਥੈਂਕ ਯੂ ਸੋ ਮਚ ਤੁਹਾਡਾ ਵੀ ਜੀ ਤੁਸੀਂ ਵੀ ਗਿਫਟ ਭੇਜਿਆ ਚਲੋ ਬਾਅਦ ਪੈਕ ਕਰ ਲਾਂਗੇ ਹਨਾ ਹੋਰ ਦੱਸੋ ਜੀ ਨੈਕਸਟ ਇੱਧਰ ਆਓ ਬਾਈ ਇਹ ਭੇਜੀਏ ਜੁੱਤੀ ਰੋਇਲ ਪੰਜਾਬੀ ਜੁੱਤੀ ਲਾਹੌਰ ਰੋਇਲ ਪੰਜਾਬੀ ਜੁੱਤੀ ਵਾਲਿਆਂ ਨੇ ਰੋਇਲ ਪੰਜਾਬੀ ਜੁੱਤੀ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਤੁਸੀਂ ਸੋਹਣੀ ਜੀ ਜੁੱਤੀ ਭੇਜੀ ਆ ਪੰਜਾਬੀ ਗਿਫਟ ਭੇਜਿਆ ਬਰਥਡੇ ਦਾ ਸੋਹਣੀ ਹੈ ਫਿਰ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੈਸ ਕਰਕੇ ਅਸੀਂ ਫਰੈਂਡਸ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਮੈਨੂੰ ਇੰਨੇ ਵਧੀਆ ਵਧੀਆ ਗਿਫਟ ਭੇਜੇ ਤੇ ਇੰਨੀਆਂ ਸੋਹਣੀਆਂ ਸੋਹਣੀਆਂ ਵਿਸ਼ਸ ਲਿਖ ਕੇ ਭੇਜੀਆਂ ਮੈਨੂੰ ਬਹੁਤ ਮਜ਼ਾ ਆਇਆ ਸਾਰੇ ਕਮੈਂਟ ਪੜ੍ਹ ਕੇ ਤੇ ਹੁਣ ਤੁਹਾਨੂੰ ਬਾਕੀ ਦੇ ਅਸੀਂ ਗਿਫਟ ਦਿਖਾਉਂਦੇ ਹਾਂ ਲੱਡੂਆਂ ਵਾਲਾ ਲਿਫਾਫਾ ਕਾਹਦੀ ਪੈਕਿੰਗ ਸੀ ਅੱਛਾ ਉਹ ਕਵਰ
ਨੋਟਬੁੱਕ ਵਾਲੇ ਕਵਰ ਉਹ ਲੋ ਪਤੇ ਨੇ ਆਪਣੀ ਸਮਾਰਟ ਵਾਚ ਦਿੱਤੀ ਆਪਣੀ ਮੰਮਾ ਨੂੰ ਵੈਰੀ ਗੁੱਡ ਬਾਈ ਪਤੇ ਲਵ ਯੂ ਬਾਈ ਲਵ ਯੂ ਲਵ ਯੂ ਜੱਟਾ ਲਵ ਯੂ ਜੱਟਾ ਲਵ ਯੂ ਮੈਨੂੰ ਵੀ ਪਤਾ ਨਹੀਂ ਸੀ ਮੈਨੂੰ ਕੱਲ ਦਾ ਕਹਿਣ ਡਿਆ ਮੇਰਾ ਕੋਈ ਗਿਫਟ ਤੇ ਆਪਣੀ ਚੀਜ਼ ਆਪਣੀ ਮੰਮਾ ਨੂੰ ਚਲੋ ਐਟਲੀਸਟ ਗਿਫਟ ਤੇ ਦਿੱਤਾ ਤੇ ਆ ਇੱਧਰ ਬੈਠੀ ਹੈ ਸੜੋ ਇਹਨੇ ਕੱਖ ਵੀ ਨਹੀਂ ਦਿੱਤਾ ਬੇਟਾ ਆਪਣੀ ਕੋਈ ਚੀਜ਼ ਚੁੱਕ ਕਿਉਂ ਜੀ ਦੇ ਦਿੰਦੀ ਮੰਮਾ ਖੁਸ਼ ਹੋ ਜਾਣਾ ਸੀ ਤੇ ਉਹਨੇ ਵੇਖ ਉਹਦੇ ਦਿਲ ਦੀ ਗੱਲ ਵੇਖ ਨਾ ਉਹਨੇ ਆਪਣੀ ਵਾਚ ਦੇ ਕੇ ਐਟਲੀਸਟ ਬੰਨੇਗਾ ਤੇ ਉਹ ਮੇਰੀ ਦੋ ਤਿੰਨ ਵਾਰੀ ਨਾ ਮੇਰੇ ਵਾਸਤੇ ਕਾਰਡ ਬਣਾਉਣ ਲੱਗੀ ਸੀ ਤੇ ਨਹੀਂ ਮੈਨੂੰ ਕਹਿੰਦੀ ਕਿਸੇ ਕਾਰਡ ਬਣਾ ਕਰ ਦਿੱਤਾ ਆਪ ਹੀ ਮੈਂ ਤੂੰ ਸਟੱਡੀ ਕਰ ਕਾਰਡ ਗੁੜ ਫਿਰ ਦੇਖੀ ਜਾਏਗੀ ਤੂੰ ਮੈਂ ਸਟੱਡੀ ਵੱਲ ਧਿਆਨ ਸੀ ਮੈਂ ਆਪ ਹੀ ਮਨਾ ਕਰ ਤੁਸੀਂ ਘਬਰਾਓ ਨਾ ਅਸੀਂ ਉਹਨੇ ਦਾਦੀ ਪੋਤਰੀ ਨੇ ਸਪੈਸ਼ਲ ਗਿਫਟ ਦੇਣਾ ਤੁਸੀਂ ਕਹਿੰਦੇ ਰਹਿ ਜਾਣਾ ਮੇਰੇ ਨੇੜੇ ਅੱਛਾ ਜੀ ਕੀ ਬਾਤ ਹੈ ਦਾਦੀ ਪੋਤਰੀ ਦਾ ਸਪੈਸ਼ਲ ਗਿਫਟ ਹੈ ਜਿਹੜਾ ਪਾਪਾ ਨੇ ਗਿਫਟ ਬਿੱਲ ਬੇਟਾ ਬਿੱਲ ਸਾਈਡ ਤੇ ਰੱਖ ਦੋ ਫਤਿਹ ਓਪਨ ਕਰੋ ਬਾਈ ਕੀ ਨਿਕਲਦਾ ਫਤਿਹ ਦੀ ਇਹ ਨਿਕਲੀਏ ਫਤਿਹ ਵਾਸਤੇ ਵੀ ਮੈਂ ਇੱਕ ਵਾਚ ਲਿਆਇਆ ਵਾ ਲਾਈਟ ਵੀ ਜਗੇਗੀ ਫਤਿਹ ਬਹੁਤ ਸੋਹਣੀ ਹੈ ਸੋਨਾਟਾ ਦੀ ਵਿਖਾਈ ਫਤਿਹ ਵੇਖੋ ਜੀ ਫਤਿਹ ਦੀ ਵਾਚ ਸੋਨਾਟਾ ਦੀ ਲਿਆਂਦੀ ਮੈਂ ਇਹਦੇ ਵਾਸਤੇ ਸਪੈਸ਼ਲ ਲੋ ਜੀ ਫਿਰ ਖੁੱਲ ਗਏ ਨੇ ਗਿਫਟਾਂ 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 ਇੱਕ ਇਹਨਾਂ ਚੋਂ ਗੁਰਸੀਰਤ ਦੀ ਮੰਮਾ ਲਈ ਤੇ ਇੱਕ ਦਾਦੀ ਮੰਮਾ ਲਈ ਮੈਂ ਇਹਨਾਂ ਚਾਰਾਂ ਲਈ ਲਿਆਇਆ ਸੀ ਉੱਤੋਂ ਉੱਤੋਂ ਹੈਗਾ ਓਪਨ ਬਸ ਉੱਤੋਂ ਖਿੱਚੋ ਚਲੋ ਹੁਣ ਸਾਰੇ ਥੈਂਕ ਯੂ ਕਰੋ ਆਪਣਾ ਜਿਵੇਂ ਤੁਹਾਨੂੰ ਲੱਗੇ ਜਿਹੜੀ ਦਿਲ ਕਰਦਾ ਕਿੱਦਾਂ ਸੀ ਤੁਸੀਂ ਆਪਣੀ ਵਾਚ ਲਾਓ ਕਿੱਦਾਂ ਵਿਖਾਓ ਮਾਤਾ ਜੀ ਵੇਖੋ ਜੀ ਸਾਡੀ ਮਾਤਾ ਜੀ ਲਈ ਸੋਹਣੀ ਜੀ ਛੋਟੀ ਜੀ ਲਿਆਂਦੀ ਮੈਂ ਘੈਂਟ ਵਾਲੀ ਤੇ ਮਨਿੰਦਰ ਲਈ ਵੀ ਕੁਛ ਇੱਦਾਂ ਦੀ ਹੋਈ ਹੈ ਮੈਂ ਸਾਰਿਆਂ ਇਹਨਾਂ ਚਾਰਾਂ ਲਈ ਲਾਇਆ ਸੀਗਾ ਵਾਚਿਸ ਮੈਂ ਕਿਹਾ ਸਾਰੇ ਬੇਟਾ ਕੋਈ ਨੀ ਸਾਡੀ ਵੀ ਸਾਡੇ ਕੋਲ ਮੇਰੀ ਹੈਗੀ ਹੈ ਡੈਡੀ ਦੀ ਮੈਂ ਲਿਆਵਾਂਗਾ ਜਿੱਦਣ ਮੇਰਾ ਬਰਥਡੇ ਹੋਏਗਾ ਮੈਂ ਆਪਣੇ ਡੈਡੀ ਜੀ ਨੂੰ ਕਰਾਂਗਾ ਗਿਫਟ ਇੱਕ ਤੋ ਜੀ ਵੇਖੋ ਗਾਈਸ ਸੋਹਣੀਆਂ ਸੋਹਣੀਆਂ ਵਾਚਿਸ ਇਹਨਾਂ ਦੀਆਂ ਮੰਮੀ ਦੀ ਵੀ ਚੇਨ ਵਾਲੀ ਇਹਦੀ ਬ੍ਰੈਸਲੈਟ ਆਈ ਪਈ ਮਨਿੰਦਰ ਦੀ ਤੇ ਫਤਿਹ ਨੂੰ ਵੀ ਮਿਲ ਗਈ ਹੈ ਸੀਰਤ ਨੂੰ ਵੀ ਮਿਲ ਗਈ ਹੈ ਕਿੱਦਾਂ ਲੱਗੇ ਤੁਹਾਨੂੰ ਥੈਂਕ ਯੂ ਸੋ ਮਚ ਮੇਰੀ ਮਾਤਾ ਜੀ ਲਵ ਯੂ ਆਲ ਤੁਹਾਨੂੰ ਸਾਰਿਆਂ ਨੂੰ ਗਾਈਜ਼ ਕਰੋ ਕਮੈਂਟ ਵੀ ਤੁਹਾਨੂੰ ਕਿਹੜਾ ਗਿਫਟ ਵਧੀਆ ਲੱਗਾ ਵਾਚ ਵਧੀਆ ਲੱਗੀ ਹੈ ਕੀ ਵਧੀਆ ਲੱਗਿਆ ਵਾਚ ਵੀ ਬੜੀਆਂ ਸੋਹਣੀਆਂ ਨੇ ਸਾਰਿਆਂ ਦੀਆਂ ਸਭ ਦੇ ਅਕੋਰਡਿੰਗ ਮੈਂ ਲਿਆਇਆ ਵਾ ਜਿਵੇਂ ਦੀ ਇਹਨਾਂ ਨੂੰ ਜਚਣੀ ਸੀ ਇਹ ਘੈਂਟੇ ਆਸ ਟਾਈਟਨ ਦੀਆਂ ਨੇ ਸੋਨਾਟਾ ਇਹ ਸੋਨਾਟਾ ਦੀਆਂ ਨੇ ਹਾਂ ਟਾਈਟਨ ਦੀ ਸੋਨਾਟਾ ਆਈ ਥਿੰਕ ਸਾਰੀਆਂ ਵਾਚਿਸ ਸੋਨਾਟਾ ਦੀਆਂ ਹੀ ਨੇ ਸੋਨਾਟਾ ਹੈ ਜਿਹੜਾ ਉਹ ਟਾਈਟਨ ਦਾ ਹੀ ਬ੍ਰਾਂਡ ਹੈ ਇੱਕ ਬੜੀਆਂ ਸੋਹਣੀਆਂ ਨੇ ਤੇ ਰੀਜ਼ਨੇਬਲ ਰੇਟ ਵੀ ਨੇ ਵਧੀਆ ਰੇਟ ਵੀ ਤੇ ਬੜੀਆਂ ਸੋਹਣੀਆਂ ਨੇ ਕਿਉਂਕਿ ਹੁਣ ਥੋੜ੍ਹਾ ਵੱਡੀਆਂ ਦਾ ਘੜੀਆਂ ਦਾ ਮੇਰੇ ਖਿਆਲ 'ਚ ਰਿਵਾਜ਼ ਨਹੀਂ ਹੋਣਾ ਉਹ ਵੱਡੀਆਂ ਵੱਡੀਆਂ ਵੀ ਵੈਸੇ ਤਾਂ ਵਧੀਆ ਲੱਗਦੀਆਂ ਨੇ ਪਰ ਮੈਂ ਸੋਚਿਆ ਵੀ ਛੋਟੀ ਛੋਟੀਆਂ ਲਿਜਾਈਏ ਵੀ ਜਿਵੇਂ ਤੁਸੀਂ ਕਿਸੇ ਪਾਰਟੀ ਜਾਂ ਕਿਧਰੇ ਵੀ ਜਾਂਦੇ ਹੋ ਫਿਰ ਪਾ ਕੇ ਜਾਓ ਇਹ ਥੋੜ੍ਹੀ ਪਾਰਟੀ ਵੀ ਟਾਈਪ ਨੇ ਤੇ ਸੀਰਤ ਦੀ ਵੀ ਬੜੀ ਸੋਹਣੀ ਮੈਨੂੰ ਬਹੁਤ ਪਿਆਰੀ ਲੱਗੀ ਸੀ ਮੈਂ ਸੀਰਤ ਦੇ ਹਿਸਾਬ ਨਾਲ ਹੀ ਲਿਆ ਸੀ ਤੇ ਫਤਿਹ ਨੂੰ ਫਤਿਹ ਆਰ ਯੂ ਹੈਪੀ ਗੁਰਸੀਰਤ ਨੇ ਇਹਨਾਂ ਦੀ ਮੰਮਾ ਨੂੰ
ਗਿਫਟ ਗੋਲਡ ਈਰਿੰਗਸ ਠਾ 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 ਕਰਕੇ ਫਲਾਵਰ ਈਰਿੰਗਸ ਈਰਿੰਗਸ ਨੇ ਜਿਨ੍ਹਾਂ ਨੂੰ ਆਪਾਂ ਕਹਾਂਗੇ ਟੌਪਸ ਕੰਗ੍ਰੈਚੁਲੇਸ਼ਨ ਭਾਈ ਜਨਮ ਦਿਨ ਦੀ ਹਾਰਦਿਕ ਟੂ ਯੂ ਹੈਪੀ ਬਰਥਡੇ ਟੂ ਯੂ ਐਡਵਾਂਸ ਹੁਣ ਤੇ ਲੰਘ ਗਿਆ ਐਡਵਾਂਸ ਐਡਵਾਂਸ ਤੇ ਪਾਪਾ ਨੂੰ ਬੋਲੋ ਪਾਪਾ ਤਾਂ ਆਉਣ ਵਾਲਾ ਲੋ ਜੀ ਮਨਿੰਦਰਜੀਤ ਕੌਰ ਤੇ ਰਹਿ ਗਈ ਵੀ ਬੜੇ ਫਾਇਦੇ 'ਚ ਬੱਲੇ ਬੱਲੇ ਆ ਸਾਰੇ ਸੂਟ ਸਾਟ ਇੱਧਰੋਂ ਆ ਗਏ ਹੈ ਨਾ ਅਤੇ ਮੈਂ ਵੀ ਚਲੋ ਇੱਕ ਦਾ ਛੋਟਾ ਮੋਟਾ ਦਿੱਤਾ ਅਤੇ ਦਾਦੀ ਮੰਮਾ ਨੇ ਮਾਰੀ ਹੈ ਅੰਤਮੀ ਬਾਜੀ ਅਤੇ ਹਾਂ ਤੁਸੀਂ ਹਾਂ ਚੱਲ ਫਤਿਹ ਨੇ ਵੀ ਕੁਛ ਕਰਨਾ ਅਜੇ ਖੁੱਲ ਜੇ ਅਤੇ ਆ ਸੋਹਣੀ ਜੇ ਟੋਪਸ ਮਿਲ ਗਿਆ ਫਤਿਹ ਕੋਲ ਬੁੱਕ ਜੇ ਚੱਕੀ ਫਿਰਦਾ ਕੀ ਮੰਮਾ ਨੂੰ ਗੁਰਸੀਰਤ ਦੀ ਮੰਮਾ ਨੂੰ ਮੇਰੀ ਮੰਮਾ ਨੂੰ ਗੁਰਸੀਰਤ ਫਤਿਹ ਨੂੰ ਸਭ ਨੂੰ ਕਮੈਂਟ ਕਰੋ ਕਿਹਦਾ ਕਿਹਦਾ ਗਿਫਟ ਤੁਹਾਨੂੰ ਵਧੀਆ ਲੱਗਿਆ ਇੱਕ ਗਿਫਟ ਸਾਡਾ ਰਹਿ ਗਿਆ ਬਈ ਮੈਂ ਤਾਂ ਇੱਕ ਹੋਰ ਗਿਫਟ ਹਾਂ ਫਤਿਹ ਨੇ ਇੱਕ ਹੋਰ ਗਿਫਟ ਦੇ ਦਿੱਤਾ ਜੀ ਉਹਨਾਂ ਨੇ ਫ੍ਰਿਜ ਵਾਲਿਆਂ ਨੇ ਵੀ ਸਾਡੇ ਗਿਫਟ ਦਿੱਤਾ ਰਾਜਾ ਭਾਜੀ ਨੇ ਫ੍ਰਿਜ ਦੇ ਨਾਲ ਇਹਨਾਂ ਨੂੰ ਬਾਉਲ ਦਿੱਤੇ ਨੇ ਬਹੁਤ ਘੈਂਟ ਇਹ ਸਾਡੇ ਕੁਕਿੰਗ ਚੈਨਲ ਲਈ ਕੰਮ ਆਣਗੇ ਹਨਾ ਜ਼ਬਰਦਸਤ ਬਹੁਤ ਸੋਹਣੇ ਨੇ ਇਹ ਡਿਸ਼ ਬਣਾ ਬਣਾ ਕੇ ਇਹਦੇ ਚ ਸਰਵ ਕਰਕੇ ਦਿਖਾਵਾ ਕਰਾਂਗੇ ਇਦਾਂ ਜੀ ਸੋਹਣੇ ਨੇ ਉਦਾਂ ਕਹਿੰਦੇ ਸੀ ਵੀ ਗਿਫਟ ਵਾਲੀ ਕੋਈ ਹੈ ਨਹੀਂ ਸਿਸਟਮ ਕਿਉਂਕਿ ਆਪਾਂ ਲਈ ਉਹਨਾਂ ਕੋਲ ਉਸ ਹਿਸਾਬ ਨਾਲੇ ਮੇਰੀ ਟੋਪੀ ਬਾਕੀ ਉਹ ਕਹਿੰਦੇ ਸੀ ਵੀ ਫਿਰ ਵੀ ਤੁਹਾਨੂੰ ਸਪੈਸ਼ਲੀ ਆਪਾਂ ਕੁਝ ਨਾ ਕੁਝ ਦੇਣੇ ਆ ਗਿਫਟ ਤੇ ਇੱਕ ਪ੍ਰੈਸ ਵੀ ਇਹਨਾਂ ਨੇ ਲਈ ਹੈ ਸਟੀਮ ਵਾਲੀ ਉਹ ਵੀ ਬੜੇ ਵਧੀਆ ਰੀਜ਼ਨੇਬਲ ਰੇਟ ਤੇ ਮਿਲੀ ਹੈ ਕਿਉਂਕਿ ਉਹ ਸਾਨੂੰ ਹੋਲਸੇਲ ਦਾ ਜਿਹੜਾ ਉਹਨਾਂ ਦਾ ਔਰ ਡਿਸਟ੍ਰੀਬਿਊਟਰਸ਼ਿਪ ਹੈ ਉਹਨਾਂ ਕੋਲ ਬਹੁਤ ਵੱਡਾ ਉਹਨਾਂ ਦਾ ਸਿਸਟਮ ਹੈ ਸੋ ਇਸ ਕਰਕੇ ਉਹਨਾਂ ਨੇ ਸਾਨੂੰ ਉਹ ਹੀ ਰੇਟ ਦਿੱਤਾ ਕਿਉਂਕਿ ਸਾਡਾ ਪਿਆਰ ਹੀ ਬਹੁਤ ਹੈ ਭਾਅ ਜੀ ਇਹਨਾਂ ਦਾ ਥੈਂਕ ਯੂ ਰਾਜਾ ਭਾਅ ਜੀ ਤੁਹਾਡਾ ਵੀ ਧੰਨਵਾਦ ਸੋ ਫਰਿੱਜ ਵਾਲਾ ਮੇਰਾ ਲਾਮਾ ਹੋ ਗਿਆ ਅੱਜ ਦੂਰ ਮੈਂ ਬੜੇ ਦਿਨਾਂ ਤੋਂ ਇਹਨਾਂ ਦੀ ਗੱਲਾਂ ਸੁਣ ਮੇਣੇ ਸੁਣ ਸੁਣ ਕੇ ਥੱਕ ਚੁੱਕਿਆ ਸੀ ਸੋ ਐਟ ਲੀਸਟ ਅੱਜ ਉਹ ਕੰਮ ਹੀ ਪੂਰਾ ਹੋ ਗਿਆ ਟਾਰਗੇਟ ਸੋ ਗਾਈਜ਼ ਆਇਆ ਸੀ ਸਾਰੇ ਗਿਫਟ ਅਤੇ ਤੁਹਾਨੂੰ ਕਿੱਦਾਂ ਦੇ ਲੱਗੇ ਗਿਫਟ ਕਮੈਂਟ ਕਰਿਓ ਅਤੇ ਫਤਿਹ ਨੇ ਠੋਕ ਦਿੱਤੀ ਨਿੱਛ ਫਤਿਹ ਤੁਹਾਨੂੰ ਫਤਿਹ ਦਾ ਕੋਈ ਪਤਾ ਨਹੀਂ ਕਾਰਵਾਈ ਕਰ ਵੀ ਸਕਦਾ ਸ਼ਰਾਰਤੀ ਤੱਤਵ ਹੈ ਬਹੁਤ ਜ਼ਿਆਦਾ ਬਾਕੀ ਸੋ ਗਾਈਜ਼ ਥੈਂਕ ਯੂ ਸੋ ਮਚ ਤੁਹਾਡਾ ਵੀ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਅਤੇ ਅਸੀਂ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਅਤੇ ਕਿੱਦਾਂ ਦੇ ਲੱਗੇ ਸਾਡੇ ਅੱਜ ਦੀ ਵੀਡੀਓ ਲਾਈਕ ਜ਼ਰੂਰ ਕਰਿਆ ਜੇ ਵੀਡੀਓ ਨੂੰ ਗਿਫਟ ਵੀ ਦੱਸਿਆ ਜੇ ਕਿੱਦਾਂ ਲੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਮੈਕਸੀਮਮ ਯੈਸ ਚੈਨਲ ਨੂੰ ਸਬਸਕ੍ਰਾਈਬ ਕਰੋ ਗਾਇਜ਼ ਅਤੇ ਵਿਊ ਵੀ ਥੋੜ੍ਹੇ ਜਿਹੇ ਘੱਟ ਰਹੇ ਨੇ ਆਪਣੇ ਅੱਜ ਕੱਲ੍ਹ ਪਤਾ ਨਹੀਂ ਰੀਚ ਦਾ ਕੀ ਪ੍ਰੋਬਲਮ ਹੈ ਸੋ ਸਪੋਰਟ ਕਰੋ ਤੁਸੀਂ ਸਾਰੇ ਤੁਹਾਡੇ ਕਰਕੇ ਅਸੀਂ ਸਾਰਾ ਕੁਛ ਕਰ ਰਹੇ ਹਾਂ ਤੁਹਾਡੇ ਨਾਲ ਹੀ ਸਾਡੀਆਂ ਖੁਸ਼ੀਆਂ ਆਪਾਂ ਸਾਂਝੀਆਂ ਕਰ ਰਹੇ ਹਾਂ ਸਾਨੂੰ ਇਹ ਹੁੰਦਾ ਵੀ ਅਸੀਂ ਮਿਹਨਤ ਨਹੀਂ ਕਰ ਰਹੇ ਸਾਡੇ ਵਿਊ ਘੱਟ ਆ ਰਹੇ ਲਾਈਕ ਘੱਟ ਆ ਰਹੇ ਨੇ ਫਿਰ ਨਾ ਮਜ਼ਾ ਜਿਹਾ ਨਹੀਂ ਆਉਂਦਾ ਹੈਗਾ ਸੋ ਕਰੋ ਗਾਇਜ਼ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਦੱਬ ਕੇ ਸਪੋਰਟ ਕਰੋ ਚੈਨਲ ਨੂੰ ਅਤੇ ਆਪਣਾ ਪਿਆਰ ਇੱਦਾਂ ਹੀ ਬਣਾਈ ਰੱਖਿਆ ਜੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਅੱਜ ਦੀ ਵੀਡੀਓ ਦਾ ਆਪਾਂ ਕਰ ਰਹੇ ਹਾਂ ਐਂਡ ਮਿਲਦੇ ਹਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਥੈਂਕਸ ਫੋਰ ਵਾਚਿੰਗ ਲਵ ਯੂ ਟੇਕ ਕੇਅਰ ਬਾਏ ਬਾਏ ਗਾਇਜ਼